ਪੰਜਾਬੀ ਸੱਭਿਆਚਾਰ ਮੈਂ ਜਿਵੇਂ ਗੱਲ ਕੀਤੀ ਵੀ ਵਿਆਹ ਸ਼ਾਦੀ ਤੁਸੀਂ ਗਾਉਂਦੇ ਹੋ ਜਾ ਕੇ ਸੁਹਾਗ ਗਾਉਂਦੇ ਹੋ ਘੋੜੀਆਂ ਗਾਉਂਦੇ ਹੋ, ਅੱਜ ਕੱਲ੍ਹ ਬਹੁਤ ਘੱਟ ਵੇਖਣ ਨੂੰ ਮਿਲਦਾ ਵਾ। ਸਾਡੇ ਦਰਸ਼ਕਾਂ ਜ਼ਰੂਰ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਸੀ, ਕਿਸ ਤਰ੍ਹਾਂ ਦੀ ਗੱਲਬਾਤ ਜੋ ਤੁਸੀਂ ਜਾਂਦੇ ਸੀ ਵਿਆਹ ਸ਼ਾਦੀਆਂ ਦੀ, ਚਾਹੇ ਮੁੰਡੇ ਦਾ ਘਰ ਸੀ ਚਾਹੇ ਕੁੜੀ ਦਾ ਘਰ ਸੀ, ਕੀ ਗਾ ਕੇ ਨਹੀਂ ਸੁਣਾਉਂਦੇ ਸੀ? ਮੱਥੇ ਤੇ ਚਮਕਣ ਵਾਲ ਮੇਰੇ ਬਨਰੇ ਤੇ ਆਵੇ ਬੰਨਾ ਬਨ ਸ਼ਗਨਾ ਦਾ ਗਾਣਾ, ਆਵੇ ਬੰਨਾ ਬਨ ਸ਼ਗਨਾ ਦਾ ਗਾਣਾ, ਗਾਣੀ ਦੇ ਪੁੰਮਣ ਲਾਲ ਮੇਰੇ ਬਨਰੇ ਤੇ। ਜਦੋਂ ਇਸ ਤੋਂ ਬਾਅਦ ਹੋਰ ਰਸਮ ਚੱਲਦੀ ਹੈ ਜਿਵੇਂ ਸਿਹਰਾਬੰਦੀ ਹੁੰਦੀ ਆ, ਘੋੜੀ 'ਤੇ ਬਹਿਣਾ ਹੁੰਦਾ ਵਾ, ਇਸ ਤਰ੍ਹਾਂ ਰਸਮਾਂ ਹੁੰਦੀਆਂ, ਖਾਸ ਕਰਕੇ ਸੀ ਜਦੋਂ ਵਿਆਹ ਕੇ ਲਾੜਾ ਲਿਆਉਂਦਾ ਵਾ ਅਤੇ ਜਦੋਂ ਉਹਦੀ ਮਾਂ ਪਾਣੀ ਵਾਰਦੀ ਆਪਣੇ ਬਨੜੇ ਤੋਂ, ਉਦੋਂ ਵੀ ਹੁੰਦੀਆਂ ਗੀਤ, ਉਹ ਵੀ ਦੋ ਜ਼ਰੂਰ ਸਾਂਝੀ ਕਰ ਦਿਓ ਅੱਜ ਕੱਲ੍ਹ ਜਿਹੜੀ ਗੀਤ। ਪਾਣੀ ਵਾਰ ਬੰਨੇ ਦੀ ਏ ਮਾਂ ਬਨੀ ਬੰਨਾ ਪਾਣੀ ਵਾਰ ਬਨੇ ਦੀ ਏ ਮਾਂ। ਸਾਡੀ ਦਰਸ਼ਕਾਂ ਨੂੰ ਪੀ ਲਿਆ ਵੀ ਜਿਹੀ ਜਿਹੜੀ ਜੋੜੀ ਆ ਨੀਲੋ ਬੇਗਮ ਅਤੇ ਗਾਮਾ ਫਕੀਰ, ਇਹਨਾਂ ਨੂੰ ਵਿਆਹ ਸ਼ਾਦੀ ਜ਼ਰੂਰ ਬੁਲਾਇਆ ਕਰਿਓ, ਕਿਉਂਕਿ ਇਹਨਾਂ ਨਾਲ ਹੀ ਜਿਹੜਾ ਕਿ ਇਹਨਾਂ ਦਾ ਤੁਹਾਡੇ ਵਿਆਹ ਸ਼ਾਦੀਆਂ ਵਿੱਚ ਇਹਨਾਂ ਦਾ ਜਿਹੜਾ ਕਿ ਰੋਟੀ ਰੋਜ਼ੀ ਰੋਟੀ ਜਿਹੜੀ ਚੱਲਦੀ ਆ, ਘਰ ਦਾ ਗੁਜ਼ਾਰਾ ਚੱਲਦਾ ਵਾ। ਅਤੇ ਮੈਨੂੰ ਇਸ ਤੋਂ ਵੀ ਹੁਣ ਜਿਵੇਂ ਨਹੀਂ ਲੋਕ ਬੁਲਾਉਂਦੇ ਤੁਹਾਨੂੰ ਵਿਆਹ ਸ਼ਾਦੀਆਂ ਜਾਂ ਘੱਟ ਹੋ ਗਿਆ ਵਾ, ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੁਣ? ਜਿਵੇਂ ਉਹ ਭੁੱਖਿਆਂ ਨੂੰ ਉਠਾ ਲੈਂਦਾ ਅਤੇ ਉਹ ਰਜਾ ਕੇ ਸਵਾ ਦਿੰਦਾ, ਅਤੇ ਫਿਰ ਇੱਦਾਂ ਦੀ ਗੱਲਬਾਤ ਬਸ ਆਪਣੇ ਅੱਜ ਦੇ ਵਿੱਚ ਸੰਗੀਤ ਵਿੱਚ ਧਿਆਨ ਰੱਖੀਦਾ ਅਤੇ ਉਹ ਮਾਲਕ ਦੇ ਉਹ 'ਤੇ ਡੋਰੀਆਂ ਰੱਖੀਆਂ ਹੋਈਆਂ ਵੀ ਪਰਮਾਤਮਾ ਤੈਨੂੰ ਹਰ ਇੱਕ ਸਮੇਂ ਦਾ ਪਤਾ, ਅਤੇ ਅਸੀਂ ਆਪਣੇ ਗੱਲੋਂ ਹਾਰਦੇ ਨਹੀਂ, ਹਿੰਮਤ ਨਹੀਂ ਹਾਰੀ ਹੋਈ, ਹਿੰਮਤ ਜਾਰੀ ਹੈ ਵੀ ਰਿਆਜ਼ ਕਰੀਦਾ, ਮਿਹਨਤ ਕਰੀਦਾ, ਅਤੇ ਇੱਦਾਂ ਕਰਕੇ ਵੀ ਕਿਤੇ ਤਾਂ ਰੱਬ ਸੁਣੂਗਾ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ, ਬਾਬਲ ਦੀ ਬਣ ਕੇ ਗੋਲੀ ਨੀ ਮਾਏ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ। ਗਾਮਾ ਫਕੀਰ ਜੀ, ਅਸੀਂ ਦੇਖਿਆ ਵੀ ਜੋੜੀ ਜਿਹੜੀ ਆ ਬੜੀ ਪੁਰਾਣੀ ਆ, ਬੜੀ ਮਿਹਨਤ ਕਰਦੀ ਆ ਰਹੀ ਆ, ਅਤੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ੍ਹ ਕੀ ਹਾਲਾਤ ਨੇ ਤੁਹਾਡੇ? ਇਸ਼ਕ ਭੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ। ਗਰਮੀ ਇਸ ਤੋਂ ਪਿੱਛੇ ਦੇਖਿਆ ਤੁਹਾਡਾ ਪਹਿਰਾਵਾ ਬਹੁਤ ਸੋਹਣਾ ਵਾ, ਕਿਹਨੂੰ ਵੇਖ ਕੇ ਤੁਹਾਡਾ ਜਿਹੜਾ ਪਹਿਰਾਵਾ ਜਿਹੜਾ ਤੁਸੀਂ ਆਪਣਾ ਜਿਹੜਾ ਤੁਸੀਂ ਭੇਸ ਇਸ ਤਰ੍ਹਾਂ ਬਣਾਇਆ ਵਾ, ਕਿਹਨਾਂ ਨੂੰ ਵੇਖ ਕੇ ਤੁਸੀਂ ਕਿਉਂ ਬਣਾਇਆ? ਇਹ ਜੀ ਪਾਕਿਸਤਾਨ ਦੇ ਸੂਫੀ ਗਾਇਕ ਹੋਏ ਆ ਸਾਈਂ ਜ਼ਹੂਰ ਅਹਿਮਦ ਜੀ, ਉਹਨਾਂ ਨੂੰ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਪਵਾਣਾ ਚੁਣਿਆ ਜੀ। ਸੱਚ ਬੋਲਣ ਤੇ ਸੱਚ ਕਹਿਣ ਦਾ ਵਕਤ ਗਿਆ ਲੋਕੋ, ਕੀ ਕੋਈ ਕਰਦਾ ਕਰਨ ਦਿਓ ਉਹਨੂੰ ਰੋਕੋ ਨਾ ਟੋਕੋ, ਅਸੀਂ ਸੱਚ ਕਿਹਾ ਤਾਂ ਸੱਚ ਕਿਹਾ ਤਾਂ ਛੱਡ ਗਏ ਸਾਨੂੰ ਬਿਨਾਂ ਹੀ ਪਰਖੇ ਤੂੰ,
ਕਰ ਗਏ ਨਾਮ ਡਿਲੀਟ ਸੱਜਣ ਸਾਡਾ ਦਿਲ ਦੇ ਵਰਕੇ ਤੋਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅੱਜ ਤੁਹਾਨੂੰ ਮੋਗੇ ਜ਼ਿਲ੍ਹੇ ਦਾ ਧਰਮਕੋਟ ਇਲਾਕਾ ਉਸ ਇਲਾਕੇ ਵਿੱਚ ਲੈ ਕੇ ਆਏ ਹਾਂ ਅਤੇ ਤੁਹਾਨੂੰ ਪੰਜਾਬੀ ਸੱਭਿਆਚਾਰ ਕਮਲਾਂ ਇੱਕ ਜਿਹੜੀ ਝਾਤ ਕਰਾਵਾਂਗੇ। ਜਿਵੇਂ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਅਤੇ ਵਿਆਹ ਸ਼ਾਦੀਆਂ 'ਚ ਪੰਜਾਬੀ ਸੱਭਿਆਚਾਰਕ ਨੂੰ ਜਿਹੜੇ ਲੋਕ ਸੀ ਉਹਨਾਂ ਬੁਲਾਉਂਦੇ ਸੀ, ਜਿਹੜੇ ਲੋਕ ਵਿਆਹਾਂ ਸ਼ਾਦੀਆਂ 'ਚ ਘੋੜੀਆਂ ਸੁਹਾਗ ਗਾਉਂਦੇ ਹੁੰਦੇ ਸੀ ਉਹਨਾਂ ਨਾਲ ਮਿਲਾਵਾਂਗੇ, ਕਿਉਂ ਅੱਜ ਕੱਲ੍ਹ ਬਹੁਤ ਘੱਟ ਜਿਹੜਾ ਵੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ, ਅਲੋਪ ਹੁੰਦੇ ਜਾਂਦੇ ਨੇ ਜੋ ਜੋ ਜ਼ਮਾਨਾ ਐਡਵਾਂਸ ਹੋ ਗਿਆ ਜੀ। ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਨੀਲੋ ਬੇਗਮ ਅਤੇ ਗਾਮਾ ਫਕੀਰ, ਜਿਹੜੀ ਕਿ ਜਿਹੜੀ ਜੋੜੀ ਆ ਇਹ ਵਿਆਹ ਸ਼ਾਦੀਆਂ ਵਿੱਚ ਜਾ ਕੇ ਸੁਹਾਗ ਅਤੇ ਘੋੜੀਆਂ ਗਾਉਂਦੇ ਨੇ। ਗੱਲਬਾਤ ਕਰਾਂਗੇ ਇਹਨਾਂ ਨਾਲ, ਤੁਹਾਨੂੰ ਮਤਲਬ ਤਸਵੀਰਾਂ ਜਾਂਦੀ ਕਰਾਂਗੇ, ਉਹਨਾਂ ਦੇ ਘਰ ਚੱਲਾਂਗੇ। ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਦਾ ਜਿਹੜਾ ਘਰ ਆ ਉਹਨਾਂ ਦੀਆਂ ਤਸਵੀਰਾਂ ਵਿਖਾਵਾਂਗੇ ਅਤੇ ਪੁਰਾਣਾ ਜਿਹੜਾ ਪਹਿਰਾਵਾ ਵਾ ਇੱਕ ਜਿਹੜੀ ਝਾਤ ਮਾਰਦੀ ਹੈ ਤੁਸੀਂ ਦੇਖ ਸਕਦੇ ਹੋ, ਅੱਜ ਕੱਲ੍ਹ ਬਹੁਤ ਘੱਟ ਜਿਹੜਾ ਵੇਖਣ ਨੂੰ ਮਿਲਦਾ ਵਾ ਇਹ ਜਿਹੜਾ ਪਹਿਰਾਵਾ। ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਅਤੇ ਪੁੱਛਾਂਗੇ ਇਹਨਾਂ ਦੇ ਜ਼ਿੰਦਗੀ ਬਾਰੇ ਵੀ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ। ਥੈਂਕ ਯੂ ਜੀ, ਮਿਹਰਬਾਨੀ ਤੁਹਾਡਾ ਵੀ, ਬੜਾ ਮਿਹਰਬਾਨੀ ਜਿਹੜੇ ਤੁਸੀਂ ਗਰੀਬਾਂ ਜਾਂ ਨੂੰ ਇੱਥੇ ਆਏ ਅਤੇ ਧੰਨਵਾਦ ਤੁਹਾਡਾ ਜੀ। ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ ਪੰਜਾਬੀ ਸੱਭਿਆਚਾਰ, ਮੈਂ ਜਿਵੇਂ ਗੱਲ ਕੀਤੀ ਵੀ ਵਿਆਹ ਸ਼ਾਦੀ ਤੁਸੀਂ ਗਾਉਂਦੇ ਹੋ ਜਾ ਕੇ ਸੁਹਾਗ ਗਾਉਂਦੇ ਹੋ ਘੋੜੀਆਂ ਗਾਉਂਦੇ ਹੋ, ਅੱਜ ਕੱਲ੍ਹ ਬਹੁਤ ਘੱਟ ਵੇਖਣ ਨੂੰ ਮਿਲਦਾ ਵਾ, ਸਾਡੇ ਦਰਸ਼ਕਾਂ ਜੀ ਉਹ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਸੀ, ਕਿਸ ਤਰ੍ਹਾਂ ਗੱਲਬਾਤ ਜੋ ਤੁਸੀਂ ਜਾਂਦੇ ਸੀ ਵਿਆਹ ਸ਼ਾਦੀਆਂ ਦੀ, ਚਾਹੇ ਮੁੰਡੇ ਦਾ ਘਰ ਸੀ ਚਾਹੇ ਕੁੜੀ ਦਾ ਘਰ ਸੀ, ਕੀ ਗਾ ਕੇ ਨਹੀਂ ਸੁਣਾਉਂਦੇ ਸੀ? ਜਦੋਂ ਸ਼ਗਨ ਦਾ ਜਿੱਦਣ ਪਹਿਲਾ ਦਿਨ ਹੁੰਦਾ ਉਹ ਹਾਂਜੀ ਮੁੰਡੇ ਵਾਲੇ ਘਰ, ਜਿਵੇਂ ਆਪਣੇ ਜਿਵੇਂ ਪਰਿਵਾਰ 'ਚ ਵੀ ਲਾ ਲਓ ਵੀ ਜਿਵੇਂ ਰਿਸ਼ਤੇਦਾਰੀ 'ਚ ਵੀ ਲਾ ਲਓ, ਹਾਂਜੀ ਉਹ ਮੱਥੇ 'ਤੇ ਚਮਕਣ ਵਾਲ ਮੇਰੇ ਬਣੇ ਰਹੇ ਤੇ, ਮੱਥੇ 'ਤੇ ਚਮਕਣ ਵਾਲ ਮੇਰੇ ਬਣੇ ਰਹੇ ਤੇ, ਆਵੇ ਬੰਨਾ ਬਣ ਸ਼ਗਨਾ ਦਾ ਗਾਣਾ, ਆਵੇ ਬੰਨਾ ਬਣ ਸ਼ਗਨਾ ਦਾ ਗਾਣਾ, ਗਾਣੀ ਦੇ ਫੁੰਮਣ ਲਾਲ ਮੇਰੇ ਬਣੇ ਰੇ ਤੇ, ਮੱਥੇ 'ਤੇ ਚਮਕਣ ਵਾਲ ਮੇਰੇ ਬਣੇ ਰੇ ਤੇ। ਵਾਹ ਵਾਹ, ਬਹੁਤ ਪਿਆਰੀ ਆਵਾਜ਼ ਦਾ ਤੁਸੀਂ ਦੇਖਦੇ ਵੀ ਸਾਨੂੰ ਅੱਜ ਕੱਲ੍ਹ ਬਹੁਤ ਘੱਟ ਇਸ ਤਰ੍ਹਾਂ ਜਿਹੜੇ ਕਿ ਵਿਆਹ ਸ਼ਾਦੀਆਂ 'ਚ ਸੁਣਨ ਨੂੰ ਸਾਡੀ ਪੁਰਾਣੀ ਵਿਰਾਸਤ ਜਿਹੜੀ ਮਿਲਦੀ ਆ, ਅਤੇ ਮੈਨੂੰ ਦੱਸੋ ਵੀ ਨੀਲੋ ਬੇਗਮ ਜੀ, ਅਸੀਂ ਖਾਸ ਕਰਕੇ ਜਿਵੇਂ ਅੱਜ ਕੱਲ੍ਹ DJ ਚੱਲ ਪਿਆ ਵਿਆਹ ਸ਼ਾਦੀਆਂ 'ਚ, ਲੋਕ DJ ਕਰਨ ਲੱਗ ਪਏ ਨੇ, ਸੱਭਿਆਚਾਰ ਗਰੁੱਪ ਕਰਨ ਲੱਗ ਪਏ ਨੇ, ਕਿਤੇ ਕਿਤੇ ਲੱਗਦਾ ਨਹੀਂ ਵੀ ਤੁਹਾਡੀ ਜਿਹੜੀ ਇਸ ਕਲਾ ਦੀ ਜਿਹੜੀ ਕਿਤੇ ਘਾਟ ਹੋ ਗਈ ਆ, ਲੋਕ ਤੁਹਾਨੂੰ ਵਿਆਹ ਸ਼ਾਦੀਆਂ 'ਚ ਬਹੁਤ ਘੱਟ ਬੁਲਾਉਣ ਲੱਗ ਪਏ ਨੇ? ਹਾਂਜੀ, ਪਰ ਕੀ ਕਹੀਏ ਹੁਣ, ਜਿਵੇਂ ਲੋਕਾਂ ਨੂੰ ਇਹ ਚਾਹੀਦਾ ਤਾਂ ਨਹੀਂ ਇੱਦਾਂ ਵੀ ਆਪਾਂ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਆਪਣੀ ਖੁਸ਼ੀ ਨਾ ਇਜ਼ਹਾਰ ਕਰੋ, ਪਰ ਜੇ ਮਤਲਬ ਵੀ ਜੋ ਵਧੀਆ ਹੋਵੇ ਉਹ ਬੰਦੇ ਨੂੰ ਸੁਣਨਾ ਚਾਹੀਦਾ, ਪਰ ਹੁਣ ਆਪਾਂ ਕੀ ਕਹਿ ਸਕਦੇ ਜਿਵੇਂ ਇਹਨਾਂ ਦੀ ਮੌਜ ਹੈ ਲੱਗੇ ਹੋਏ ਮੌਜ ਅਤੇ ਕੁਛ ਨਹੀਂ ਕਹਿ ਸਕਦੇ, ਬਸ ਉਹ ਪਰਮਾਤਮਾ 'ਤੇ ਡੋਰੀਆਂ। ਹੋਰ ਇਸ ਤੋਂ ਭੈਣ ਜੀ, ਖਾਸ ਕਰਕੇ ਜਦੋਂ ਵਿਆਹ ਸ਼ਾਦੀ ਸ਼ੁਰੂ ਅਸੀਂ ਦੇਖਦੇ ਹਾਂ ਵੀ ਖਾਸ ਕਰਕੇ ਪੰਜਾਬੀ ਜਿਹੜਾ ਵਿਆਹ ਹੁੰਦਾ ਹਫ਼ਤਾ ਹਫ਼ਤਾ ਜਿਹੜਾ ਵਿਆਹ ਚੱਲਦਾ, ਜਿਵੇਂ ਪਹਿਲੋਂ ਰਸਮ ਹੁੰਦੀ ਹੈ ਹਲਦੀ ਰਸਮ ਹੁੰਦੀ ਆ, ਉਸ ਤੋਂ ਬਾਅਦ ਹੋਰ ਰਸਮਾਂ ਜਿਹੜੀ ਚੱਲਦੀਆਂ ਨੇ ਅਤੇ 7-7 ਦਿਨ ਜਿਹੜਾ ਕਿ ਵਿਆਹ ਚੱਲਦੇ ਹੁੰਦੇ ਚਾਹੇ ਮੁੰਡੇ ਦਾ ਚਾਹੇ ਕੁੜੀ ਦਾ ਹੁੰਦਾ। ਅਤੇ ਮੈਨੂੰ ਦੱਸੋ ਵੀ ਤੁਸੀਂ ਵੀ ਕਿੰਨੇ ਦਿਨ ਜਾਂਦੇ ਨੇ ਵਿਆਹ ਸ਼ਾਦੀ ਜਦੋਂ ਜਾਂਦੇ ਸੀ ਅਤੇ ਕੀ ਜਿਹੜੀ ਸ਼ੁਰੂਆਤ ਕਰਦੇ ਸੀ ਸਭ ਤੋਂ ਪਹਿਲਾਂ ਆਪਣੇ ਪੰਜਾਬੀ ਸੱਭਿਆਚਾਰ ਵਿੱਚ? ਹਾਂਜੀ, ਵਿਆਹ ਦੇ ਤਾਂ ਇੱਦਾਂ ਹੁੰਦਾ ਪ੍ਰੋਗਰਾਮ, ਜਿਵੇਂ ਮਤਲਬ ਵੀ ਸ਼ੁਰੂਆਤ ਜਿਵੇਂ ਅੱਜ ਹੁਣ ਵੀ ਹੈਗਾ ਇਹ, ਜਿਵੇਂ ਪੀਣ ਅਤੇ ਉਦੋਂ ਬਾਅਦ ਪੀਣ ਤੋਂ ਉਦੋਂ ਬਾਅਦ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ, ਉਦੋਂ ਬਾਅਦ ਫਿਰ ਜਿਵੇਂ ਪਹਿਲੇ ਦਿਨ ਉਹ ਲੱਗਦਾ ਤੇਲ ਲੱਗਦਾ ਮੁੰਡੇ ਨੂੰ,
ਤੇ ਉਸ ਟਾਈਮ ਤੇ ਫਿਰ ਉਹੋ ਜਿਹੇ ਗਾਉਂਦੀਆਂ ਗੀਤ ਉਧਰ ਉਧਰ ਹੀ। ਸੂਰਜ ਚੜਿਆ ਸਾਹਮਣੇ ਮੈਂ ਵੀ ਗਰਮੀ ਚ ਮਰੀ ਵੇ, ਜਾਲਮਾ ਮੈਂ ਵੀ ਗਰਮੀ ਚ ਮਰੀ ਵੇ, ਤੂੰ ਵੀ ਅਧੀਆ ਸ਼ਰਾਬ ਦਾ ਮੈਂ ਵੀ ਬੋਤਲ ਖੜੀ ਵੇ, ਜਾਲਮਾ ਮੈਂ ਵੀ ਬੋਤਲ ਖੜੀ ਵੇ। ਇੱਦਾਂ ਦੇ ਸੀ, ਹਾਂਜੀ ਇੱਦਾਂ ਦੇ ਕੋਈ ਹੁੰਦੇ ਸੀ ਪ੍ਰੋਗਰਾਮ। ਦੇਖਦੇ ਜਦੋਂ ਇਸ ਤੋਂ ਬਾਅਦ ਹੋਰ ਰਸਮ ਚੱਲਦੀ ਹੈ, ਜਿਵੇਂ ਸਿਹਰਾ ਬੰਦੀ ਹੁੰਦੀ ਆ, ਘੋੜੀ 'ਤੇ ਬਹਿਣਾ ਹੁੰਦਾ ਵਾ, ਇਸ ਤਰ੍ਹਾਂ ਰਸਮਾਂ ਹੁੰਦੀਆਂ। ਖਾਸ ਕਰ ਅਸੀਂ ਜਦੋਂ ਵਿਆਹ ਕੇ ਲਾੜਾ ਲਿਆਉਂਦਾ ਵਾ ਅਤੇ ਜਦੋਂ ਉਹਦੀ ਮਾਂ ਪਾਣੀ ਵਾਰਦੀ ਆਪਣੇ ਬਣੜੇ ਤੋਂ, ਉਦੋਂ ਵੀ ਹੁੰਦੀਆਂ ਗੀਤ, ਉਹ ਵੀ ਜ਼ਰੂਰ ਸਾਂਝੀ ਕਰ ਦਿਓ ਅੱਜ ਕੱਲ੍ਹ ਜਿਹੜੀ ਗੀਤ ਨੇ। ਪਾਣੀ ਵਾਰ ਬੰਨੇ ਦੀਏ ਮਾਂ, ਬੰਨੀ ਬੰਨਾ ਬਾਰ ਖੜਾ, ਪਾਣੀ ਵਾਰ ਬੰਨੇ ਦੀਏ ਮਾਂ, ਬੰਨੀ ਬੰਨਾ ਬਾਰ ਖੜਾ, ਬੰਨੀ ਬੰਨਾ ਬਾਰ ਖੜਾ, ਸ਼ਗਿਨਾ ਦੇ ਦਿਨ ਅੱਜ ਆਏ, ਬੰਨੀ ਬੰਨਾ ਬਾਰ ਖੜਾ, ਨੀ ਐਸੀ ਵੇਲੇ ਦੇ ਨਾਲ ਪਾਣੀ ਮਾਂ ਵਾਰ ਪੀਵੇ, ਹਾਂ ਐਸੀ ਵੇਲੇ ਦੇ ਨਾਲ ਭਾਬੀ ਪਾਣੀ ਵਾਰ ਪੀਵੇ। ਤੁਸੀਂ ਦੇਖ ਸਕਦੇ ਹੋ ਵੀ ਨੀਲੋ ਬੇਗਮ ਜਿਹੜੀ ਕਿ ਸਾਡੀ ਪੰਜਾਬੀ ਵਿਰਾਸਤ ਜਿਹੜੀ ਨੂੰ ਸਾਂਭੀ ਫਿਰਦੀ ਆ, ਪਰ ਕਿਤੇ ਕਿਤੇ ਅਲੋਪ ਹੁੰਦੀ ਜਾਂਦੀ ਹੈ। ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਅਜਿਹੀ ਜਿਹੜੀ ਜੋੜੀ ਆ ਨੀਲੋ ਬੇਗਮ ਅਤੇ ਗਾਮਾ ਫਕੀਰ, ਇਹਨਾਂ ਨੂੰ ਵਿਆਹ ਸ਼ਾਦੀ ਜ਼ਰੂਰ ਬੁਲਾਇਆ ਕਰਿਓ, ਕਿਉਂਕਿ ਇਹਨਾਂ ਨਾਲ ਹੀ ਜਿਹੜਾ ਕਿ ਇਹਨਾਂ ਦਾ ਤੁਹਾਡੇ ਵਿਆਹ ਸ਼ਾਦੀਆਂ ਵਿੱਚ ਇਹਨਾਂ ਦਾ ਜਿਹੜਾ ਕਿ ਰੋਟੀ ਰੋਜ਼ੀ ਰੋਟੀ ਜਿਹੜੀ ਚੱਲਦੀ ਆ, ਘਰ ਦਾ ਗੁਜ਼ਾਰਾ ਚੱਲਦਾ ਵਾ। ਇਸ ਕਰਕੇ ਇਹਨਾਂ ਨੂੰ ਜ਼ਰੂਰ ਬੁਲਾਇਆ ਕਰੋ, ਕਿਉਂਕਿ ਕਿਤੇ ਪੰਜਾਬ ਜਿਹੜਾ ਪੰਜਾਬੀ ਆ ਸੱਭਿਆਚਾਰ ਜਿਹੜਾ ਵਾ ਵਿਰਾਸਤ ਆ ਉਸ ਨੂੰ ਸਾਂਭੀ ਫਿਰਦੇ ਨੇ। ਅਤੇ ਮੈਨੂੰ ਇਸ ਤੋਂ ਵੀ ਹੁਣ ਜਿਵੇਂ ਨਹੀਂ ਲੋਕ ਬੁਲਾਉਂਦੇ ਤੁਹਾਨੂੰ ਵਿਆਹ ਸ਼ਾਦੀ ਜਾਂ ਘੱਟ ਹੋ ਗਿਆ ਵਾ, ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੁਣ? ਬਸ ਜੀ ਘਰ ਦਾ ਗੁਜ਼ਾਰਾ, ਬਸ ਕਹਿ ਲਓ ਵੀ ਇੱਦਾਂ ਵੀ ਜਿਵੇਂ ਕਈ ਵਾਰੀ ਪਰਮਾਤਮਾ ਹੀ ਅਰੇਂਜਮੈਂਟ ਕਰਦਾ, ਜਿਵੇਂ ਉਹ ਭੁੱਖਿਆਂ ਨੂੰ ਉਠਾ ਲੈਂਦਾ ਅਤੇ ਉਹ ਰਜਾ ਕੇ ਸਵਾ ਦਿੰਦਾ, ਅਤੇ ਫਿਰ ਇੱਦਾਂ ਦੀ ਗੱਲਬਾਤ ਹੈ। ਬਸ ਆਪਣੇ ਅੱਜ ਦੇ ਵਿੱਚ ਸੰਗੀਤ ਵਿੱਚ ਧਿਆਨ ਰੱਖੀਦਾ, ਅਤੇ ਉਹ ਮਾਲਕ ਅਤੇ ਉਹ 'ਤੇ ਡੋਰੀਆਂ ਰੱਖੀਆਂ ਹੋਈਆਂ ਵੀ ਪਰਮਾਤਮਾ ਤੈਨੂੰ ਹਰ ਇੱਕ ਸਮੇਂ ਦਾ ਪਤਾ, ਅਤੇ ਅਸੀਂ ਆਪਣੇ ਗੱਲੋਂ ਹਾਰਦੇ ਨਹੀਂ, ਹਿੰਮਤ ਨਹੀਂ ਹਾਰੀ ਹੋਈ, ਹਿੰਮਤ ਜਾਰੀ ਹੈ ਵੀ ਰਿਆਜ਼ ਕਰੀਦਾ, ਮਿਹਨਤ ਕਰੀਦਾ, ਅਤੇ ਇੱਦਾਂ ਕਰਕੇ ਵੀ ਕਿਤੇ ਤਾਂ ਰੱਬ ਸੁਣੂਗਾ। ਮੈਨੂੰ ਦੱਸੋ ਵੀ ਜਿਵੇਂ ਮੈਂ ਗੱਲ ਕੀਤੀ ਵੀ ਮੁੰਡੇ ਦਾ ਵਿਆਹ ਹੋ ਗਿਆ, ਕੁੜੀ ਦਾ ਆਪਸ ਜਦੋਂ ਵਿਆਹ ਹੁੰਦੇ ਨੇ ਮੁੰਡੇ ਵਾਲੇ ਪਾਸੇ ਜਾਂਦੇ, ਕੁੜੀ ਵਾਲੇ ਪਾਸੇ ਜਾਂਦੇ, ਕੁੜੀ ਪਾਸੋਂ ਗੀਤ ਹੁੰਦੇ ਨੇ ਇਸ ਦਾ ਜਿਹੜੇ ਪੰਜਾਬੀ ਸੱਭਿਆਚਾਰਕ ਹੁੰਦਾ ਵੀ ਜਿਹੜਾ ਵਿਆਹ ਸ਼ਾਦੀਆਂ ਬੋਲਦੇ ਨੇ, ਹੋਰ ਕਿਹੜੇ ਕਿਹੜੇ ਗੀਤ ਨੇ ਜਿਹੜਾ ਤੁਹਾਨੂੰ ਲੋਕ ਬੁਲਾ ਕੇ ਸੁਣਦੇ? ਹਾਂਜੀ ਹੋਰ ਇੱਕ ਗੀਤ ਹੈਗਾ, ਬਾਬਲ ਤੇਰੇ ਮਹਿਲਾਂ ਵਿੱਚੋਂ, ਬਾਬਲ ਤੇਰੇ ਮਹਿਲਾਂ ਵਿੱਚੋਂ, ਤੇਰੀ ਲਾਡੋ ਪਰਦੇਸਣੇ ਹੋਈ, ਬਾਬਲ ਤੇਰੇ ਮਹਿਲਾਂ ਵਿੱਚੋਂ, ਤੇਰੀ ਲਾਡੋ ਪਰਦੇਸਣੇ ਹੋਈ।
ਬਾਬਲ ਤੇਰੇ ਮਹਿਲਾਂ ਵਿੱਚੋਂ ਧੀਏ ਘਰ ਜਾ ਆਪਣੇ ਧੀਏ ਘਰ ਜਾ ਆਪਣੇ ਬਾਬਲ ਤੇਰੇ ਮਹਿਲਾਂ ਵਿੱਚੋਂ ਗੁੱਡੀਆਂ ਕੌਣ ਖੇਲੇ ਬਾਬਲ ਤੇਰੇ ਮਹਿਲਾਂ ਵਿੱਚੋਂ ਗੁੱਡੀਆਂ ਕੌਣ ਖੇਲੇ ਮੇਰੀਆਂ ਖੇਲਣ ਪੋਤਰੀਆਂ ਧੀਏ ਘਰ ਜਾ ਆਪਣੇ ਮੇਰੀਆਂ ਖੇਲਣ ਪੋਤਰੀਆਂ ਧੀਏ ਘਰ ਜਾ ਆਪਣੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਨੀਲੋ ਬੇਗਮ ਨੇ ਮੁੰਡੇ ਅਤੇ ਕੁੜੀਆਂ ਦੇ ਜਿਹੜੇ ਵਿਆਹ ਸ਼ਾਦੀਆਂ 'ਚ ਗੀਤ ਗਾਈ ਜਾਂਦੇ ਨੇ ਉਹ ਜਿਹੜੇ ਸੁਣਾਏ ਨੇ, ਪਰ ਕਿਤੇ ਕਿਤੇ ਇਹ ਜਿਹੜੀ ਸੱਭਿਆਚਾਰਕ ਹੈ ਅਲੋਪ ਹੁੰਦੀ ਜਾਂਦੀ ਆ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਇਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਵਾ ਤੁਹਾਡੇ ਕਰਕੇ ਚੱਲਦਾ ਵਾ। ਜੇਕਰ ਤੁਸੀਂ ਇਹਨਾਂ ਨੂੰ ਵਿਆਹ ਸ਼ਾਦੀਆਂ 'ਚ ਮੇਲਿਆਂ 'ਚ ਬੁਲਾਓ ਤਾਂ ਜੋ ਕਿ ਇਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਹੋ ਸਕੇ ਅਤੇ ਸਾਡਾ ਜਿਹੜਾ ਪੰਜਾਬੀ ਪੁਰਾਣਾ ਸੱਭਿਆਚਾਰ ਜਿਹੜਾ ਸਾਂਭੇ ਜਾ ਸਕੇ। ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਨੀਲੋ ਬੇਗਮ ਜੀ, ਜਿਹੜੇ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ? ਹਾਂਜੀ, ਮੈਂ ਜਿੰਨੇ ਵੀ ਜਿੱਥੇ ਵੀ ਪੰਜਾਬੀ ਦੇਸ਼ ਵਿਦੇਸ਼ ਵੱਸਦੇ ਨੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ। ਸੋ ਸਾਰਿਆਂ ਨੂੰ ਕਹਿੰਦੀ ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸੋ ਜੋ ਵੀ ਸਾਡੇ ਲਈ ਵਧੀਆ ਸੋਚਦੇ ਨੇ ਜੀ, ਇਹਨਾਂ ਦੀ ਸੋਚ ਅਤੇ ਸਾਡਾ ਹੀ ਵਧੀਆ ਹੋਊਗਾ ਜੀ। ਹਾਂਜੀ, ਹੋਰ ਮੈਨੂੰ ਦੱਸੋ ਨੀਲੋ ਬੇਗਮ ਜੀ, ਹੋਰ ਕਿਹੜੀ ਕਿਹੜੀ ਰਸਮ ਹੁੰਦੀ ਹੈ ਵਿਆਹ ਸ਼ਾਦੀਆਂ ਦੀ ਜਿਹੜੀ ਅੱਜ ਕੱਲ੍ਹ ਅਸੀਂ ਦੇਖਦੇ ਲੋਕਾਂ ਨੂੰ ਨਹੀਂ ਪਤਾ, ਲੋਕ ਭੁੱਲਦੇ ਜਾਂਦੇ ਨੇ, ਅਤੇ ਉਹ ਦਸਮਾਂ ਜਿਹੜੀਆਂ ਦਰਸ਼ਕਾਂ ਜ਼ਰੂਰ ਸਾਂਝੀ ਕਰ ਦਿਓ, ਇੱਕੜੀ ਦਸਮਾਂ ਜ਼ਰੂਰ ਗੁਣਾ ਦਿਓ ਕਿਹੜੀ ਰਸਮ ਹੁੰਦੀ ਹੈ? ਇੱਕ ਹੁੰਦੇ ਜੀ ਦੇ ਜਦੋਂ ਮਤਲਬ ਵੀ ਸਾਰੀਆਂ ਰਸਮਾਂ ਕਰਕੇ ਜਦੋਂ ਅੰਤ ਵੇਲੇ ਆਪਾਂ ਤੋਰਦੇ ਧੀ ਨੂੰ, ਉਦੋਂ ਸਾਰਿਆਂ ਦੀ ਡੋਲੀ ਦੀ ਰਸਮ ਹੁੰਦੀ, ਸਾਰਿਆਂ ਦੀਆਂ ਚਾਚੇ ਮਾਮੇ ਫੁੱਫੀਆਂ ਮਾਸੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨੂੰ ਠੱਲੇ ਜਾਂਦੇ। ਉਹ ਟਾਈਮ ਇਹਨਾਂ ਦਾ ਵੀ ਲਾਡੋ ਇੱਕ ਬੜੇ ਸ਼ਰਧਾ ਅਤੇ ਪਿਆਰਾਂ ਨਾਲ ਤੋਂ ਪਾਲੀ ਹੁੰਦੀ ਹੈ ਅਤੇ ਫਿਰ ਜਦੋਂ ਉਹਨੂੰ ਵਿਦਿਆ ਕਰਦੇ ਉਦੋਂ ਆ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ। ਅੱਜ ਦੀ ਦਿਹਾੜੀ ਰੱਖ ਮੇਰੀ ਡੋਲੀ ਨੂੰ ਲੱਗੀ ਦੇ ਪਾਤ ਨੀ ਮਾਂ ਮੈਨੂੰ ਵਿਦਿਆ ਕਰਨ ਸਕੇ ਮਾਪੇ ਨੀ ਮਾਏ। ਮੇਰੀ ਡੋਲੀ ਨੂੰ ਲੱਗੇ ਦੇ ਪਾਤ ਨੀ ਮਾਂ ਮੈਨੂੰ ਵਿਦਿਆ ਕਰਨ ਸਕੇ ਮਾਪੇ ਨੀ ਮਾਏ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ। ਅੱਜ ਦੀ ਦਿਹਾੜੀ ਰੱਖ ਮੇਰੀ ਡੋਲੀ ਨੂੰ ਲੱਗੀ ਦੇ ਕਾਨੇ ਨੀ ਮਾਂ ਮੈਨੂੰ ਵਿਦਿਆ ਕਰਨ ਸਕੇ ਮਾਂ ਮੇ ਨੀ ਮਾਏ।
ਮੇਰੀ ਡੋਲੀ ਨੂੰ ਲੱਗੇ ਦੇ ਕਾਨਨ ਮਾਂ ਮੈਨੂੰ ਵਿਦਿਆ ਕਰਨ ਸਕੇ ਮਾਂ ਮੇਨੀ ਮਾਂ ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ ਅੱਜ ਦੀ ਦਿਹਾੜੀ ਰੱਖ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਨੀਲੋ ਬੇਗਮ ਨੇ ਸਾਡਾ ਪੰਜਾਬੀ ਵਿਰਾਸਤ ਕਿੰਨਾ ਵਧੀਆ ਸਾਂਭ ਕੇ ਰੱਖਿਆ ਵਾ। ਅਸੀਂ ਜਦੋਂ ਵਿਆਹ ਸ਼ਾਦੀਆਂ ਵਿੱਚ ਚਾਹੇ ਮੁੰਡੇ ਦਾ ਵਿਆਹ ਚਾਹੇ ਕੁੜੀ ਦਾ ਹੋਵੇ ਅਤੇ ਬੜਾ ਵਧੀਆ ਜਿਹੜਾ ਇਸ ਤਰ੍ਹਾਂ ਸੱਭਿਆਚਾਰ ਜਿਹੜਾ ਸੁਣਨ ਨੂੰ ਮਿਲਦੇ ਨੇ, ਪੁਰਾਣੇ ਗਾਉਣ ਹੁੰਦੇ ਨੇ, ਅੱਜ ਕੱਲ੍ਹ ਅਲੋਪ ਹੁੰਦੇ ਜਾਂਦੇ ਨੇ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਇਹਨਾਂ ਜਿਹੜੀ ਜੋੜੀ ਆ ਇਹਨਾਂ ਨੂੰ ਜ਼ਰੂਰ ਬੁਲਾਇਆ ਕਰੋ ਵਿਆਹ ਸ਼ਾਦੀਆਂ 'ਚ। ਅਸੀਂ ਮਹਿੰਗਾ ਮਹਿੰਗਾ DJ ਬੁਲਾਉਂਦੇ ਹਾਂ, ਗੁੰਮ ਵਾਲੀਆਂ ਬੁਲਾਉਂਦੇ ਹਾਂ, ਇੰਨੇ ਪੈਸੇ ਖਰਚਦੇ ਹਾਂ, ਪਰ ਇਹਨਾਂ ਲੋਕ ਜਿਹੜੀ ਜੋੜੀ ਆ ਇਹਨਾਂ ਨੇ ਜਿਹੜੇ ਕਿ ਇੱਕ ਤਾਂ ਪਰਾਇਆ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਸਾਂਭੀ ਫਿਰਦੀ ਆ, ਅਤੇ ਨਾਲ ਹੀ ਜਿਹੜਾ ਇੱਕ ਸਾਡਾ ਇਹਨਾਂ ਨੇ ਇਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਇਸੇ ਕੰਮ ਤੋਂ ਚੱਲਦੀ ਆ। ਅਤੇ ਹੁਣ ਗਾਮਾ ਫਕੀਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਗਾਮਾ ਫਕੀਰ ਜੀ, ਅਸੀਂ ਦੇਖਿਆ ਵੀ ਜੋੜੀ ਜਿਹੜੀ ਆ ਬੜੀ ਪੁਰਾਣੀ ਆ, ਬੜੀ ਮਿਹਨਤ ਕਰਦੀ ਆ ਰਹੀ ਆ, ਅਤੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ੍ਹ ਕੀ ਹਾਲਾਤ ਨੇ ਤੁਹਾਡੇ? ਅੱਜ ਕੱਲ੍ਹ ਜੀ ਹਾਲਾਤ ਸੋ ਸੋ ਹੀ ਕਹਿ ਸਕਦੇ, ਠੀਕ ਠੀਕ ਕਹਿ ਸਕਦੇ, ਕੋਈ ਜ਼ਿਆਦਾ ਵਧੀਆ ਨਹੀਂ। ਖੈਰ ਪਰਮਾਤਮਾ ਨੇ ਰੋਟੀ ਦੇਣੀ ਜੀ, ਉਹ ਕਿਤੇ ਢੋ ਮੇਲਾ ਲਾ ਦਿੰਦਾ ਜੀ ਅਤੇ ਰੋਟੀ ਤਾਂ ਚੱਲ ਜਾਂਦੀ ਹੈ। ਅਤੇ ਮੈਨੂੰ ਦੱਸੋ ਵੀ ਹੁਣ ਸਾਡੇ ਦਰਸ਼ਕਾਂ ਨੂੰ ਕੀ ਸੁਣਾਓਗੇ? ਅਸੀਂ ਦੇਖਦੇ ਵੀ ਜਿਵੇਂ ਨੀਲੋ ਬੇਗਮ ਜੀ ਨੇ ਸੁਣਾ ਦਿੱਤਾ ਵਿਆਹ ਸ਼ਾਦੀਆਂ 'ਚ ਜਦੋਂ ਜਾਂਦੇ ਨੇ ਲੋਕ ਪੰਜਾਬੀ ਸੱਭਿਆਚਾਰ ਗਰੁੱਪ ਨੂੰ ਲੈ ਕੇ ਸੁਣਾਉਂਦੇ, ਤੁਹਾਡੇ ਵੱਲੋਂ ਕੀ ਸ਼ੁਰੂਆਤ ਹੋਊਗੀ, ਕੀ ਸੁਣਾਓਗੇ ਤੁਸੀਂ? ਮੈਂ ਜੀ ਸੂਫੀ ਸੁਣਾ ਦਿੰਦਾ, ਸਾਈਂ ਜ਼ਹੂਰ ਅਹਿਮਦ ਦਾ ਗਾਇਆ ਹੋਇਆ, ਬਾਬਾ ਬੁੱਲੇ ਸ਼ਾਹ ਦੀ ਗੱਲ ਹੈ। ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ, ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ, ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ, ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣ ਦਾ ਕਿਤੇ ਢੰਗ ਹੋਵੇ, ਉਹ ਬਾਟ ਮੱਕੇ ਦੀ ਕਿਉਂ ਪਾਵੇ ਜਿਹੜਾ ਮੁਰਸ਼ਦ ਰੰਗਿਆ ਰੰਗ ਹੋਵੇ, ਨੱਚਣਾ ਪੈਂਦਾ ਨੱਚਣਾ ਪੈਂਦਾ, ਨੱਚਣਾ ਪੈਂਦਾ ਨੱਚਣਾ ਪੈਂਦਾ। ਤੁਸੀਂ ਦੇਖਿਆ ਵੀ ਗਾਮਾ ਫਕੀਰ ਨੇ ਕਿੱਡਾ ਸੋਹਣਾ ਗੀਤ ਬੋਲਿਆ, ਕਿਤੇ ਕਿਤੇ ਤੁਹਾਡੀ ਵਿਆਹ ਸ਼ਾਦੀਆਂ 'ਚ ਤੁਹਾਡਾ ਚਾਰ ਚੰਦ ਲਗਾ ਦੇਣਗੇ, ਤੁਹਾਡੀ ਰੌਣਕ ਲਗਾ ਦੇਣਗੇ, ਅਤੇ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਮੌਕਾ ਦਿਆ ਕਰੋ ਕਿਉਂਕਿ ਇਹ ਪਰਿਵਾਰ ਤੁਹਾਡੀ ਰੋਜ਼ੀ ਰੋਟੀ ਦੇ ਚੱਲਦੇ ਨੇ। ਬੜੀ ਮਿਹਨਤਕਸ਼ ਲੋਕ ਨੇ, ਪਿਛਲੇ ਕਈ ਸਾਲਾਂ ਤੋਂ ਗਾਉਂਦੇ ਆ ਰਹੇ ਨੇ, ਪਰ ਜਦੋਂ ਜਵਾਨ ਐਡਵਾਂਸ ਹੋ ਗਿਆ ਲੋਕ ਇਹਨਾਂ ਨੂੰ ਬੁਲਾਉਣਾ ਜਿਹੜਾ ਘੱਟ ਹੋ ਗਏ ਨੇ। ਮੇਲਿਆਂ ਦੀ ਗੱਲ ਕਰੀਏ, ਕਿੰਨੇ ਕੁ ਮੇਲੇ ਲੱਗਦੇ ਹੁਣ ਅੱਜ ਕੱਲ੍ਹ ਪਰਿਵਾਰ ਜਿਹਨਾਂ ਦਾ ਗੁਜ਼ਾਰਾ ਹੋ ਸਕੇ? ਮੇਲੇ ਜੀ ਗਰਮੀਆਂ 'ਚ ਤਾਂ ਲੱਗਦੇ ਆ ਅਤੇ ਸਿਆਲ 'ਚ ਘੱਟ ਜਾਂਦੇ ਮੇਲੇ, ਇਸ ਕਰਕੇ ਫਿਰ ਸਿਆਲ 'ਚ ਥੋੜ੍ਹਾ ਕੰਮ ਡਾਊਨ ਹੋ ਜਾਂਦਾ। ਗਰਮੀ ਸੁਬਹ ਅਸੀਂ ਦੇਖਿਆ ਤੁਹਾਡਾ ਪਹਿਰਾਵਾ ਬਹੁਤ ਸੋਹਣਾ ਵਾ, ਕਿਹਨੂੰ ਵੇਖ ਕੇ ਤੁਹਾਡਾ ਜਿਹੜਾ ਪਹਿਰਾਵਾ ਜਿਹੜਾ ਤੁਸੀਂ ਆਪਣਾ ਜਿਹੜਾ ਤੁਸੀਂ ਭੇਸ ਇਸ ਤਰ੍ਹਾਂ ਬਣਾਇਆ ਵਾ, ਕਿਹਨਾਂ ਨੂੰ ਵੇਖ ਕੇ ਤੁਸੀਂ ਕਿਵੇਂ ਬਣਾਇਆ? ਇਹ ਜੀ ਪਾਕਿਸਤਾਨ ਦੇ ਸੂਫੀ ਗਾਇਕ ਹੋਏ ਆ ਸਾਈਂ ਜ਼ਹੂਰ ਅਹਿਮਦ ਜੀ, ਉਹਨਾਂ ਨੂੰ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਪਵਾਣਾ ਚੁਣਿਆ ਜੀ, ਅਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹ ਲਿਬਾਸ ਨੂੰ, ਬਹੁਤ ਯਾਨੀ ਕਿ ਬਹੁਤ ਜ਼ਿਆਦਾ ਪਿਆਰ ਦਿੱਤਾ ਜਿੰਨੀ ਉਮੀਦ ਨਹੀਂ ਸੀ।
ਅਤੇ ਹੋਰ ਕੀ ਸੁਣਾਓਗੇ ਜਾਂਦੇ ਆਉਣਾ? ਦੋ ਲੈਣਾ ਜ਼ਿਆਦਾ ਨਹੀਂ, ਦੋ ਲੈਣਾ ਜ਼ਰੂਰ ਸਾਂਝੀ ਕਰਦੇ ਹੋ ਜਿਹੜੀਆਂ ਤੁਹਾਡੀਆਂ ਮਨਪਸੰਦ ਹੋ, ਜਿਹੜਾ ਤੁਸੀਂ ਸਟੇਜ 'ਚ ਜਾਂਦੇ ਸੀ, ਲੋਕ ਤੁਹਾਡੇ ਕੋਲ ਸੁਣਦੇ ਸੀ ਵੀ ਗਾਮਾ ਫਕੀਰ ਆ ਗਿਆ, ਇੱਕ ਆਹ ਗੀਤ ਸੁਣਾਂਗੇ ਕੋਈ, ਕਿਉਂ ਆਹ ਜਿਹੜਾ ਪੁਰਾਣਾ ਸੱਭਿਆਚਾਰਕ ਜਾ ਕਹਿ ਲਓ ਪੰਜਾਬੀ ਵਿਰਾਸਤ ਸੁਣਾਂਗੇ ਜਾਂ ਉਹ ਕਿਸ ਤਰ੍ਹਾਂ? ਹਾਂਜੀ, ਮੇਰੇ ਤੋਂ ਇੱਕ ਪਿੱਛੇ ਜੇ ਮੇਰਾ ਸੌਂਗ ਰਿਲੀਜ਼ ਕੀਤਾ ਸੀ ਕਿਸੇ ਨੇ, ਅਤੇ ਉਹ ਬਹੁਤ ਜ਼ਿਆਦਾ ਲੋਕ ਲਾਇਕ ਕਰਦੇ, ਬਹੁਤ ਪਸੰਦ ਕਰਦੇ, ਉਹਦੀਆਂ ਦੋ ਲਾਈਨਾਂ ਸੁਣਾ ਦਿੰਦਾ। ਸੱਚ ਬੋਲਣ ਤੇ ਸੱਚ ਕਹਿਣ ਦਾ ਵਕਤ ਗਿਆ ਲੋਕੋ, ਕੀ ਕੋਈ ਕਰਦਾ ਕਰਨ ਦਿਓ ਉਹਨੂੰ ਰੋਕੋ ਨਾ ਟੋਕੋ, ਅਸੀਂ ਸੱਚ ਕਿਹਾ ਤਾਂ ਸੱਚ ਕਿਹਾ ਤਾਂ ਛੱਡ ਗਏ ਸਾਨੂੰ ਬਿਨਾਂ ਹੀ ਪਰਖੇ ਤੂੰ, ਕਰ ਗਏ ਨਾਮ ਡਿਲੀਟ ਸੱਜਣ ਸਾਡਾ ਦਿਲ ਦੇ ਵਰਕੇ ਤੂੰ, ਕਰ ਗਏ ਨਾਮ ਡਿਲੀਟ ਸੱਜਣ ਸਾਡਾ ਦਿਲ ਦੇ ਵਰਕੇ ਤੂੰ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅੱਜ ਤੁਹਾਨੂੰ ਜੋੜੀ ਜਿਹੜੀ ਮਿਲਾਈ ਆ, ਤੁਸੀਂ ਦੇਖਦੇ ਵੀ ਇਹ ਜੋੜੀ ਬਹੁਤ ਵਧੀਆ ਜੋੜੀ ਆ, ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਸੱਭਿਆਚਾਰ ਕਿਰਾੜਾ ਸਾਂਭੀ ਫਿਰਦੀ ਆ, ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਇਹਨਾਂ ਨੂੰ, ਨੀਲੋ ਬੇਗਮ ਅਤੇ ਗਾਮਾ ਫਕੀਰ, ਜਿਹੜਾ ਕਿ ਤੁਸੀਂ ਦੇ ਸਕਦੇ ਹੋ ਵਿਆਹ ਸ਼ਾਦੀਆਂ ਵਿੱਚ ਹਮੇਸ਼ਾ ਸਾਡਾ ਵਿਆਹ ਸ਼ਾਦੀਆਂ ਨੂੰ ਚਾਰ ਚੰਦ ਲਗਾ ਦਿੰਦੇ ਨੇ, ਇਸ ਕਰਕੇ ਇਹਨਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਜਿਹੜੀ ਆ ਤੁਹਾਡੇ ਸਿਰ ਚੱਲਦੀ ਆ, ਇਹਨਾਂ ਅਸੀਂ ਨੰਬਰ ਵੀ ਇਹਨਾਂ ਦਾ ਮੂੰਹ ਬੁਲਵਾ ਲਿਆ, ਅਤੇ ਵਿਆਹ ਸ਼ਾਦੀਆਂ 'ਚ ਮੇਲਿਆਂ 'ਚ ਇਹਨਾਂ ਨੂੰ ਜ਼ਰੂਰ ਯਾਦ ਕਰਿਆ ਕਰੋ, ਇੱਕ ਤਾਂ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਉਹ ਸਾਂਭ ਕੇ ਰੱਖੀ ਫਿਰਦੇ ਨੇ। ਮੈਨੂੰ ਦਿਓ ਜਾਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।